ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਡੀਐਚਓ ਦੀ ਅਗਵਾਈ ਵਿੱਚ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਵਾਲੇ ਲੋਕਾਂ ਨੂੰ ਦਿੱਤੀ ਗਈ ਟ੍ਰੇਨਿੰਗ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਦੋਧੀ। ਇਸ ਮੌਕੇ ਡੀਐਚਓ ਊਸ਼ਾ ਗੋਇਲ ਨੇ ਬੋਲਦਿਆਂ ਕਿਹਾ ਕਿ ਸਾਡੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੋਕ ਬੁਲਾ ਕੇ ਇੱਥੇ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਹਨ। ਜੋ ਵਿਅਕਤੀ ਖਾਣ ਪੀਣ ਵਾਲੀਆਂ ਵਸਤਾਂ ਵੇਚਦੇ ਹਨ ਉਹਨਾਂ ਦੇ ਲਈ ਇਹ ਟ੍ਰੇਨਿੰਗਾਂ ਹੁੰਦੀਆਂ ਹਨ, ਕਿਉਂਕਿ ਉਹਨਾਂ ਦੇ ਲਈ ਲਾਇਸੈਂਸ ਕਿਉਂ ਜ਼ਰੂਰੀ ਹੈ ਜਾਂ ਹੋਰ ਕਿਹੜੇ ਕਿਹੜੀਆਂ ਵਸਤਾਂ ਉਹਨਾਂ ਲਈ ਜ਼ਰੂਰੀ ਨੇ, ਇਸ ਸੰਬੰਧੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਅਤੇ ਅੱਜ ਸਾਡੇ ਇੱਥੇ ਦੋਧੀ ਪਹੁੰਚੇ ਹੋਏ ਹਨ, ਵੱਡੀ ਗਿਣਤੀ ਦੋਧੀ ਇੱਥੇ ਆਏ ਹੋਏ ਸਨ ਜੋ ਇਹ ਟ੍ਰੇਨਿੰਗ ਦਾ ਹਿੱਸਾ ਬਣੇ। ਡੀਐਚਓ ਊਸ਼ਾ ਗੋਇਲ ਦੀ ਅਗਵਾਈ ਦੇ ਵਿੱਚ ਇਹ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਕੀ ਕਹਿੰਦੇ ਨੇ ਡਾਕਟਰ ਊਸ਼ਾ ਗੋਇਲ? मैं डॉक्टर ऊषा गोयल, जिला सेहत अफसर बठिंडा। अज साडे फास्टैग की ट्रेनिंग चल रही है जिहड़ी सरकार वल्लों पब्लिक प्राइवेट पार्टनरशिप विच है। ये दो साल च एक बार जिन्ने एफबीओज ने अपने खाण पीण वाले ने रिटेलर होण या मैनुफैक्चरर होण चाहे वह रेहड़ी वाले होण जो अज उन्हां वास्ते जरूरी है। जो अज ट्रेनिंग दोधी भरा सारे आए हुए हैं, ये जिहड़े साइकल मोटरसाइकिल ते दुध वेचदे ने वो आए हैं। हुण इहदे च उन्हां नूं दसदे ने ਵੀ ਜੇ ਲਾਇਸੈਂਸ ਲੈਣਾ ਕਿਉਂ ਲੈਣਾ, ਰਜਿਸਟ੍ਰੇਸ਼ਨ ਲੈਣੀ ਹੈ ਕਿਉਂ ਲੈਣਾ, ਉਹ ਕਿਉਂ ਜ਼ਰੂਰੀ ਕਿਉਂ ਆ, ਨੰਬਰ ਇੱਕ। ਦੂਸਰਾ, ਉਹ ਚੀਜ਼ਾਂ ਦੱਸਦੇ ਨੇ ਖਾਣ ਪੀਣ ਬਾਰੇ ਆਪਣੀ ਜ਼ਿੰਦਗੀ ਵਿੱਚ ਜਿਹਦਾ ਬਹੁਤ ਵੱਡਾ ਦੀ ਅਹਿਮੀਅਤ ਹੈ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ। ਇਸ ਲਈ ਇਹ ਟ੍ਰੇਨਿੰਗ ਅਸੀਂ ਗਰੁੱਪਸ 'ਚ ਕਰਾਉਂਦੇ ਹਾਂ। ਤਕਰੀਬਨ 40 ਤੋਂ 50 ਜਣੇ ਦਾ ਇੱਕ ਗਰੁੱਪ ਹੁੰਦਾ ਹੈ। ਇੱਕ ਗਰੁੱਪ ਅਸੀਂ ਪਹਿਲਾਂ ਕਰ ਚੁੱਕੇ ਹਾਂ, ਉਹਦੇ 'ਚ 132 ਜਣੇ ਸੀ, ਉਹ 3 ਗਰੁੱਪਸ ਵਿੱਚ ਹੋਈ ਹੈ ਇੱਕ ਦਿਨ ਵਿੱਚ, ਅਤੇ ਅੱਜ ਹੁਣ ਇੱਕ ਗਰੁੱਪ ਹੋਰ ਹੋ ਰਿਹਾ।